ਐਸ ਫਿਰ ਇਹ ਕਿ ਕੋਈ ਵੀ ਪੌਦਾ ਨਾ ਜੀ ਉਹਦੀ ਜੜ੍ਹ ਨੂੰ ਪਾਣੀ ਨਹੀਂ ਲੱਗਣਾ ਜੀ ਸਟ੍ਰੈਸ ਆਉਂਦੀ ਆ ਦੂਰੋਂ ਦੂਰ ਹਾਂ ਉਹਦਾ ਇਹੋ ਤਰੀਕਾ ਹੈ ਕਿ ਅਸੀਂ ਇਹ ਇਹ ਖੇਲਾਂ ਬਣਾਈਏ ਬਰਸੀਨ ਲਗਾਓ ਇਹਦੇ 'ਚ ਇਹਦੇ 'ਤੇ ਲੂਸਣ ਲਗਾਓ ਖੇਲਾਂ ਦੇ ਇਸ ਨੂੰ ਵੀ ਕੰਮ ਦੇ ਵਿੱਚ ਦੂਜਾ ਵੀ ਲੈ ਸਕਦੇ ਮਕਾਈ ਨਹੀਂ ਲੱਗ ਸਕਦੀ ਮਕਾਈ ਉੱਚੀ ਹੋ ਜਾਣੀ ਜਿਹੜੀ ਉਹ ਥੱਲੇ ਰਹਿਣੀ ਆ ਪਾਲਕ ਲੱਗ ਸਕਦੀ ਹੈ ਮਿਰਚ ਲੱਗ ਸਕਦੀ ਹੈ ਟਮਾਟਰ ਲੱਗ ਸਕਦਾ ਥੂਮ ਲੱਗ ਸਕਦਾ ਗੰਢਾ ਲੱਗ ਸਕਦਾ ਮੂੰਗ ਲੱਗ ਸਕਦਾ ਉਹ ਵੀ 2 ਫੁੱਟ ਤੋਂ ਉੱਤੇ ਨਹੀਂ ਜਾਂਦਾ ਅੱਛਾ ਮਲ ਸਾਹਿਬ ਇਧਰ ਤੁਸੀਂ ਦੱਸ ਤੁਸੀਂ ਕਿਸ ਤਰ੍ਹਾਂ ਕਹਿ ਰਹੇ ਜੇ ਲਗਾਉਣਾ ਚਾਹੀਦਾ ਇਹ ਮੂੰਗ ਜੀ ਹਾਂਜੀ 8 ਇੰਚ ਜੀ 8 ਇੰਚ ਜੀ 8 ਇੰਚ ਦੇ ਫਾਲੇ ਖੇਲ ਹੈ ਛੋਟੀ ਠੀਕ ਹੋ ਗਿਆ ਸੈਂਟਰ 'ਚ ਨਹੀਂ ਲੱਗਾ ਉਹ ਜਿਹੜੀਆਂ ਖੇਲਾਂ ਨੇ ਉਹ ਵੱਡੀਆਂ ਉਹ ਫਿਰ ਸੈਂਟਰ 'ਚ ਵੀ ਇੱਕ ਲੈਨ ਅੱਛਾ ਇਹ ਰੇਜ਼ ਬੈਟ ਤੁਹਾਡਾ ਛੋਟਾ ਹੈਗਾ ਇਹ ਛੋਟਾ ਹੈ ਤੇ 2 ਲੈਣ ਇਹ ਇੱਕ ਐਸਾ ਸਾਈਡ ਤੇ ਲੱਗੇਗੀ ਉਸ ਸਾਈਡ ਦੇ ਅਸਲ ਜੇ ਤੁਸੀਂ ਇਹ ਪਿਕਨਿਕ ਤੇ ਕਰ ਦਿੱਤਾ ਨਾ ਸਾਰਾ ਇਹ ਆਲਰੇਡੀ ਪਹਿਲੇ ਜੋ ਲੱਗਾ ਸੀ ਹਾਂਜੀ ਫਿਰ ਸਾਨੂੰ ਉਸ ਤਰ੍ਹਾਂ ਸਟਰਕਚਰ ਦਾ ਬਣਾਉਣੀ ਤੇ ਖੇਡਾਂ ਦੀਆਂ ਹੋਰ ਅਸੀਂ ਚੌੜੀਆਂ ਬਣਾਉਣੀਆਂ ਸਹੀ ਸਹੀ ਸਪੇਸ ਹੁੰਦੀ ਤੇ ਹਾਂਜੀ ਕਿਉਂਕਿ ਇਹ ਤੁਸੀਂ ਇਹ ਕਰ ਦਿੱਤਾ ਹਾਈ ਡੈਂਸਿਟੀ ਦੇ ਉੱਤੇ ਤਾਂ ਉਹਦੀ ਵਜ੍ਹਾ ਪਿਕਨਿਕ ਦਾ ਹਿਸਾਬ ਤੁਸੀਂ ਰੱਖ ਕੇ ਤੇ ਜਿਹੜਾ ਨਾ ਉਹਦੇ ਹਿਸਾਬ ਨਾਲ ਖੇਡਾਂ ਬਣਾ ਦਿੱਤੇ ਜਿਹੜਾ ਸਹੀ ਤਰੀਕਾ ਪਿਕਨਿਕ ਦਾ ਸਾਡਾ ਤੇ ਹੁਣ ਬਾਗ ਵੱਡਾ ਸੀ ਹਾਂਜੀ ਅਸਲ ਇਹ ਕਮ ਸ ਕਮ 2.5 3 ਫੁੱਟ ਖੇਲ ਹੋਵੇ ਓਕੇ ਠੀਕ ਹੋ ਗਿਆ ਠੀਕ ਹੋ ਗਿਆ ਉਹਦੇ ਵਿੱਚ ਚੌੜੀ ਜੀ ਜੀ ਹਾਂਜੀ ਜੀ ਜ਼ਬਰਦਸਤ ਹੋ ਗਿਆ ਠੀਕ ਹੈ ਉਹ ਸਾਡੇ ਕੋਲ ਫਿਰ ਜਿੰਨੀ ਸਪੇਸ ਸੀ ਅਸੀਂ ਉਹਨਾਂ ਕਰਦਾ ਹੁਣ ਅਸੀਂ ਕੋਸ਼ਿਸ਼ ਕਰਨੀ ਹੈ ਕਿ ਜਿਹੜੀ ਖਾਲੀ ਹੈ ਨਾ ਛੋਟੀ ਕਰ ਹਾਂ ਛੋਟੀ ਕਈ ਦੇ ਨਾਲ ਦੀ ਨਾ ਹਾਂਜੀ ਇਹਨੂੰ ਉਹ ਰੇਜ਼ ਬੈਡ ਚੌੜਾ ਕਰ ਦਿੱਤਾ ਜਾਵੇ ਵੈਰੀ ਗੁੱਡ ਜ਼ਬਰਦਸਤ ਹੋ ਗਿਆ ਇਹ ਵੇਖੋ ਨਾ ਹੁਣ ਖੇਡ ਉੱਤੋਂ ਸੁੱਕੀ ਹੈ ਨਾ ਹਾਂਜੀ ਥੱਲੇ ਗਿੱਲੀ ਹੈ ਥੱਲੇ ਗਿੱਲੀ ਹੈ ਜੜ ਚੋਂ ਪਾਣੀ ਲੈ ਰਿਹਾ ਹੈ ਜੜ ਚੋਂ ਉਸ ਤਰ੍ਹਾਂ ਇਹਦੇ ਤੇ 2-2 ਇੰਚ ਪਾਣੀ ਖਲੋ ਜਾਂਦਾ ਹਾਂਜੀ ਰੇਜ਼ 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 ਆ ਗਿਆ ਨਾ ਇਹਨੂੰ ਰੇਜ਼ ਹੀ ਦੇਣੀ ਰੇਜ਼ ਹਾਂਜੀ ਭਾਈ ਇਹ ਨਹੀਂ ਹਾਈਡਨ ਇਸ ਤੋਂ ਵੀ ਸੰਗਣਾ ਹੁੰਦਾ ਹੈ ਇਹ 5x6 ਤੇ ਲਾਇਆ ਮੈਂ जिन्ना छोटा रखांगे फ्रूट दी क्वालिटी अच्छी होएगी ਫਰੂਟ ਗਿਰੇਗਾ ਨਹੀਂ ਇੱਕੋ ਜਿਹਾ ਸਾਈਜ਼ ਹੋਏਗਾ ਫਲ ਵੀ ਜ਼ਿਆਦਾ ਲੱਗੇਗਾ ਫਲ ਵੀ ਜ਼ਿਆਦਾ ਲੱਗੇਗਾ ਹਾਂਜੀ ਚਲੋ ਜਦੋਂ ਨਾ ਫਲ ਲੱਗੇਗਾ ਨਾ ਇੱਕ ਵਾਰੀ ਚੱਕਰ ਲਾਵਾਂਗੇ ਇੱਕ ਮਹੀਨੇ ਬਾਅਦ ਇਨਸ਼ਾਅੱਲਾ ਫੋਟਾ ਨਿਕਲੀਆਂ ਨੇ ਇੱਕ ਮਹੀਨੇ ਬਾਅਦ ਜੀ ਇਨਸ਼ਾਅੱਲਾ ਇੱਕ ਮਹੀਨੇ ਬਾਅਦ ਇਨਸ਼ਾਅੱਲਾ